ਬਹੁਤ ਬਹੁਤ ਮੁਬਾਰਕ ਆ ਜੀ, ਲਓ ਜੀ ਬੜਾ ਸਿੰਘ ਜੀ ਬਹੁਤ ਖੁਸ਼ੀ ਦਾ ਮਾਹੌਲ ਹੈ ਜੀ। ਅੱਜ ਜੋ ਮੁੱਖ ਮੰਤਰੀ ਪੰਜਾਬ ਦੇ ਬੇਟੀ ਦਾ ਜਨਮ ਲਿੱਤਾ ਗਾ, ਅਸੀਂ ਬਹੁਤ ਬਹੁਤ ਮੁਬਾਰਕਾਂ ਦਿੰਦੇ ਹਾਂ ਪੂਰੇ ਪਰਿਵਾਰ ਨੂੰ ਜੀ, ਸੀਐਮ ਸਾਹਿਬ ਨੂੰ ਜੀ। ਅਤੇ ਇਸ ਖੁਸ਼ੀ ਦੇ ਵਿੱਚ ਅਸੀਂ ਅੱਜ ਪਿੰਡ ਵਾਸੀਆਂ ਵੱਲੋਂ ਲੱਡੂ ਵੰਡੇ ਗਏ ਨੇਗੇ, ਅਤੇ ਇਹ ਜੱਦੀ ਦਰਵਾਜ਼ਾ ਗਾ ਜਿੱਥੇ ਮਾਨ ਸਾਹਿਬ ਖੇਡੇ ਨੇਗੇ, ਅਤੇ ਅਸੀਂ ਉਹਨਾਂ ਦੇ ਆਪਣੇ ਬੇਟੀ ਹੋਣ ਦੀ ਖੁਸ਼ੀ ਦੇ ਵਿੱਚ ਅੱਜ ਅਸੀਂ ਲੱਡੂ ਵੰਡੇ ਨੇ ਜੀ ਪੂਰੀ ਸੰਗਤ। ਮਾਨ ਸਾਹਿਬ ਆਪ ਕਹਿੰਦੇ ਸੀ ਵੀ ਧੀ ਪੁੱਤ 'ਚ ਕੋਈ ਫਰਕ ਨਹੀਂ ਹੈਗਾ, ਵੀ ਜੇ ਪਰਮਾਤਮਾ ਨੇ ਬਖਸ਼ਿਆ ਉਹ ਮੰਨ। ਹਾਂਜੀ ਹਾਂਜੀ, ਉਹ ਤਾਂ ਪਹਿਲੀ ਟਵੀਟ ਕਰਤਾ ਸੀਗਾ, ਤੁਹਾਨੂੰ ਪਤਾ ਹੀ ਹੈਗਾ, ਅਤੇ ਬਾਕੀ ਜੋ ਪਰਮਾਤਮਾ ਨੇ ਚੀਜ਼ ਦੇਣੀ ਹੈਗੀ ਉਹਨਾਂ ਦੀ ਖੁਸ਼ੀ ਦੇ ਵਿੱਚ ਖੁਸ਼ੀ ਦੇ ਵਿੱਚ ਸ਼ਾਮਲ ਹਾਂਗੇ ਪੂਰਾ ਪਰਿਵਾਰ ਦੇ ਨਾਲ। ਅਸੀਂ ਬਹੁਤ ਬਹੁਤ ਮੁਬਾਰਕਾਂ ਦਿੰਦੇ ਹਾਂ ਪੂਰੇ ਪਰਿਵਾਰ ਨੂੰ ਜੀ। ਬਹੁਤ ਖੁਸ਼ੀ ਹੈ, ਵੱਧ ਤੋਂ ਵੱਧ ਖੁਸ਼ੀ ਹੈ ਜੀ। ਦੇਖੋ ਮਧਾਨ ਪੜ੍ਹ ਜੇ ਬੰਦੇ ਆ, ਹੈ ਉਹ ਸਾਡੇ ਆ, ਦੇਖ ਸਾਰਾ ਕੋਈ ਕਿਸੇ ਨੇ ਬਣਾਏ, ਅਤੇ ਕਿੰਨੇ ਮੰਤਰੀ ਹੋ ਗਏ, ਬਾਦਲ ਕੇ ਵੀ ਹੋ ਗਏ, ਹੋਰ ਵੀ ਹੋ ਗਏ, ਸਾਰੇ ਬਹੁਤ ਵਧੀਆ ਚੀਜ਼ ਬਣਾਈ ਸਾਡੇ ਇੱਧਰ, ਹੋਰ ਵੀ ਸਕੂਲ ਸਕਾਲ 'ਚ ਬਹੁਤ ਵਧੀਆ ਕੰਮ। ਮਾਣ ਹੁੰਦਾ ਵੀ ਸਾਡੇ ਪਿੰਡ ਦਾ ਨੌਜਵਾਨ ਮੁੰਡਾ। ਹਾਂ ਹਾਂ ਜੀ, ਬਹੁਤ ਮਾਣ ਜੀ, ਹਾਂ ਬਹੁਤ ਸੇਫ ਬੰਦਾ, ਬਹੁਤ ਸਿਆਣਾ ਬੰਦਾ ਉਹ, ਬਹੁਤ ਠੀਕ ਹੈ, ਦਿਮਾਗ ਠੀਕ ਹੈ ਉਹਦਾ ਮੁੰਡੇ ਦਾ, ਇਹ ਜੀ ਗੱਲ ਨਹੀਂ। ਹਾਂ ਹਾਂ ਜੀ, ਬਹੁਤ ਹੀ ਠੀਕ ਹੈ, ਪਿਆਰ ਤੋਂ ਪਿਆਰ ਵੱਧ ਪਿਆਰ ਜੀ। ਅੱਜ ਦੇ ਸਮੇਂ ਜਿਹੜੇ ਲੜਕਿਆਂ ਨਾਲੋਂ ਵੱਧ ਕੇ ਨੇ ਧੀਆਂ। ਹਾਂ ਵੱਧ ਵੱਧ ਹੈਗਾ, ਸਾਂਭਦੀ ਕੁੱਟੀਆਂ ਰਹੀਆਂ ਕਿਸੇ ਨੂੰ ਲਾ ਲੈ ਤੂੰ, ਜੇ ਦੁੱਖ ਸਿੱਖ ਜਾ ਧੀ ਖੜੂਗੀ ਮੁੰਡਾ ਖੜਦਾ ਹੀ ਹੈਗਾ, ਪਰ ਤੇ ਆ ਕੇ ਦੇਖ ਲਈਏ ਕਿਤੇ। ਹਾਂ ਧੀਆਂ ਹੀ ਆਉਣ ਵਾਲੇ, ਹਾਂ ਸਭ ਕੁਛ ਨੇ ਸਾਡੇ ਤਾਂ, ਦੋ ਤਿੰਨ ਚਾਂਸੇ ਹੋਏ ਕੁੜੀਆਂ ਹੀ ਖੜਦੀਆਂ ਨੇ, ਮੁੰਡਾ ਨਵੀਨ ਲੱਗਦਾ, ਆਹ ਚੀਜ਼ ਹੈ, ਬਹੁਤ ਕੁੜੀ ਤਾਂ ਬਹੁਤ ਪਿਆਰ ਕਰਦੀ ਹੈ। ਹਾਂ ਪਤਾ, ਵੱਧ ਤੋਂ ਵੱਧ ਵਧਾਈਆਂ ਜੀ, ਕੋਈ ਖੁਸ਼ੀ ਦਾ ਮਾਹੌਲ ਹੈ ਵੀ ਅੱਜ ਸਾਡੇ, ਵਧੀਆ ਭਗਵੰਤ ਮਾਨ ਦੇ ਲੜਕੀ ਹੋਈ, ਹਾਂ ਲੜਕੀ ਹੋਈ, ਹਾਂ ਇੱਥੇ ਖੇਡਦੇ ਹੁੰਦੇ ਭਗਵੰਤ ਮਾਨ ਨੇ ਲੜਕੀ ਹੋਈ ਆ ਮੁਹਲੇ, ਤਾਂ ਪੂਰਾ ਖੁਸ਼ੀ ਦਾ ਮਾਹੌਲ ਹੈ, ਖੁਸ਼ੀ ਦਾ ਮਾਹੌਲ ਹੈ ਪਿੰਡ ਦੇ ਵਿੱਚ, ਕੰਮ ਬਥੇਰੇ ਕਰਦਾ, ਕੰਮ ਸਾਰੇ ਪੜਾਕੇ ਪੜੂਕੇ ਵੀ ਚਲਾ ਦਾਂਗੇ, ਆਖੂਗਾ ਮੰਤਰੀ, ਹਾਂ ਪੂਰੀ ਖੁਸ਼ੀ ਹੈ, ਹਾਂ ਪੂਰੀ ਖੁਸ਼ੀ, ਹਾਂ ਪੜਾਕੇ ਵੀ ਚਲਾ ਦਾਂਗੇ। ਬਹੁਤ ਬਹੁਤ ਜੀ, ਬਹੁਤ ਜ਼ਿਆਦਾ ਸਾਡੇ ਸਾਰੇ ਪਰਿਵਾਰ ਨੂੰ, ਸਾਰੇ ਨਗਰ ਨੂੰ ਬਹੁਤ ਜ਼ਿਆਦਾ ਖੁਸ਼ੀ ਹੈ ਜੀ, ਖਾਸ ਕਰ ਪੰਜਾਬ ਨੂੰ ਜੀ। ਅਤੇ ਮੈਂ ਇਹੀ ਦਿਲੋਂ ਤਮੰਨਾ ਕਰਦੀ ਹਾਂ ਵੀ ਵਾਹਿਗੁਰੂ ਉਹਦੀ ਲੰਮੀ ਉਮਰ ਬਖਸ਼ੇ, ਸਾਡੀ ਭੈਣ ਜੀ ਨੂੰ ਤੰਦਰੁਸਤੀ ਬਖਸ਼ੇ, ਵੀਰ ਜੀ ਨੂੰ ਤੰਦਰੁਸਤੀ, ਅੱਗੇ ਵਧੇ ਇਹ ਪਰਿਵਾਰ, ਜਿਹੜੇ ਪਰਿਵਾਰ 'ਚ ਇਹ ਧੀ ਪੈਦਾ ਹੋਈ ਅੱਜ, ਇਹ ਧੀ ਨੇ ਬਹੁਤ ਅੱਗੇ ਜਾਣਾ, ਖਾਸ ਕਰ ਪੰਜਾਬ 'ਚ ਪੈਦਾ ਜਨਮ ਲਿੱਤਾ, ਇੱਥੇ ਪਲੂਗੀ, ਇੱਥੇ ਖੇਡੂਗੀ, ਇੱਥੇ ਵੱਡੀ ਹੋ ਕੇ, ਖਬਰ ਹੈ ਵਾਹਿਗੁਰੂ ਨੇ ਉਹ ਤੋਂ ਕੀ ਸੇਵਾ ਕਰਾਉਣੀ ਹੈ, ਉਹ ਅੱਗੇ ਸਾਡੇ ਭਾਗ 'ਚ ਜਿਵੇਂ ਲਿਖਿਆ ਪਰਮਾਤਮਾ ਨੇ ਉਵੇਂ ਹੋਣਾ ਜੀ। ਬਾਕੀ ਤਾਂ ਅੱਗੇ ਸਾਨੂੰ ਬਹੁਤ ਮਿਆਦ ਹੈ ਜੀ ਉਹ 'ਤੇ, ਬੱਚੇ 'ਤੇ ਵੀ ਇਦੋਂ ਵੀ ਜ਼ਿਆਦਾ ਲੰਮੀਆਂ ਪਲਾਂਘਾਂ ਪੱਟੂਗੀ।